तुसी देख रहे हो मस्का चस्का टाइम्स। पिछले 6-7 दिनों तो लापता सरवन सिंह की लाश नहर विच तैरदी मिली। मित्रक सवर सिंह दे भरा ने थाना कादियां नूं लिखती दरखास्त दित्ती सी कि उसका भरा लापता है। सीरा तुसी देख रहे हो और सरवन सिंह की लाश जंडियाला गुरु की नहर तो बरामद हुई है। SHO बलकार सिंह ने कहा कि लाश नूं पोस्टमार्टम लई बटाला भेज दिता गया है। की है पूरा मामला, आओ जानते हैं। ਸੱਤਵਾਂ ਦਿਨ ਆ, ਬੁੱਧਵਾਰ ਦਾ ਦਿਨ ਸੀ ਤੇ ਰਾਤ ਨੂੰ ਇੰਨਾ ਸਾਨੂੰ ਪਤਾ ਲੱਗਿਆ ਵੀ 10-11 ਵਜੇ ਤੱਕ ਠੀਕ ਠਾਕ, ਕੋਈ ਗੱਲਬਾਤ ਨਹੀਂ। 10-11 ਵਜੇ ਤੋਂ ਘਰੋਂ ਗਿਆ ਇਹ ਮੁੜ ਕੇ ਘਰ ਨਹੀਂ ਆਇਆ। ਦੋ ਦਿਨ ਦੇ ਅਸੀਂ ਦੇਖਭਾਲ ਪੜਤੋਲ ਕਰਦੇ ਰਹੇ ਹਾਂ ਕਿ ਕੋਈ ਪਤਾ ਨਹੀਂ ਲੱਗਾ। ਤੇ ਕੱਲ੍ਹ ਤੋਂ ਉੜਦੀ ਬਾਈ ਆਈ ਸੀ ਵੀ ਉਹ ਇੱਦਾਂ ਮਾਰ ਕੇ ਸੁੱਟ ਦਿੱਤਾ ਗਿਆ। ਅੱਜ ਫਿਰ ਜਦੋਂ ਅਸੀਂ ਵੀਡੀਓ ਵੇਖੀ ਆ ਉਦੋਂ ਫਿਰ ਅਸੀਂ ਲਾਸ਼ ਪਛਾਣੀ ਆ। ਉਹਦੇ ਗੁੱਟ ਤੋਂ ਪਤਾ ਲੱਗਾ ਵੀ ਉਹਦਾ ਥੋੜ੍ਹਾ ਅੱਧਾ ਪੰਜਾ ਹੈ ਨਹੀਂ, ਇਹ ਗੁਰ ਤੋਂ ਪਤਾ ਲੱਗਾ ਵੀ ਉਹ ਹੀ ਆ। ਫਿਰ ਅਸੀਂ ਉਹਨਾਂ ਨੂੰ ਪਛਾਣੇ। ਕਿੱਥੇ ਮਿਲੀ ਲਾਸ਼? ਇਹ ਲਾਸ਼ ਇਹ ਤਰਦੀ ਜਾਂਦੀ ਵੇਖੀ ਮੀਡੀਆ ਨੇ 5 ਵਰਾਈਆਂ ਤੇ ਹੁਣ ਇਸ ਵੇਲੇ ਮੌਕਾ ਤੋਂ ਮਿਲੀ ਆ ਗੁਰੂ ਕੇ ਜੰਡਿਆਲੇ। ਦੋਸ਼ੀ ਕਾਬੂ ਆ ਗਏ? ਹਾਂਜੀ, ਦੋਸ਼ੀ ਇੱਕ ਬੀਬੀ ਤੇ ਮੁੰਡਾ, ਇੱਕ ਮਤਲਬ ਕਾਬੂ ਆ। ਬਾਕੀ ਹੁਣ ਉਹ ਬੀਬੀ ਦੱਸੇਗੀ ਵੀ ਨਾਲ ਸਾਡੇ ਕੌਣ ਕੌਣ ਆ। ਉਹ ਕੰਮ ਤੇ ਬੁਲਾਉਂਦੀ ਹੁੰਦੀ ਸੀ ਉਹਨਾਂ ਨੂੰ ਤੇ ਉੱਠ ਕੇ ਜਦੋਂ ਉਹਨਾਂ ਨੂੰ ਪਤਾ ਲੱਗਾ ਕੰਮ ਤੇ ਜਾਂਦੀ ਤੇ ਏਦਾਂ ਹੀ ਮੁੜ ਕੇ ਰੱਖਣਾ ਗਲਤ ਮੁਲਤਾ ਇਲਜ਼ਾਮ ਲਾਇਆ। ਮੁੜ ਕੇ ਉਹਨਾਂ ਨੂੰ ਗੁੱਸਾ ਆਇਆ ਤੇ ਉਹ ਬੋਲਣ ਲੱਗੇ ਤੇ ਇਹਨਾਂ ਨੇ ਰਾਤ ਮੁੜ ਕੇ ਸੱਦ ਕੇ ਉਹਨਾਂ ਨੂੰ ਰਾਤ ਮੁੜ ਕੇ 11 ਵਜੇ ਤੱਕ ਬੋਲੀ। ਬਾਅਦ 'ਚ ਪਤਾ ਨਹੀਂ ਲੱਗਾ ਕਿੱਥੇ ਜਾਂਦੀ ਤੇ 3 ਜਾਣੇ ਖੜੀ ਗਈ। तक सरवण सिंह दे भरा हरजीत सिंह ने सानू तलाह दित्ती कि उहदा भरा जिहड़ा 11 तरीक तो लापता वा, इहदा जाण आउणा हरजिंदर कौर दे घर सी, गुरु नानकपुरे पत्ती नाथपुर दी आ, उत्थे जाण आउणा सी। उहदे बाई ने मैंने उहदे लड़के दे ते उहदी मां दे खिलाफ परचा दर्ज कराया। परचा दर्ज करन तों बाद जंडियाले गुरु दे लागों इहदी डेड बॉडी नहर दे विचों आपां बरामद कीती आ। बाकी लाश जिहड़ी पोस्टमार्टम वास्ते जिहड़ी बटाले भेजी। ਧਾਰਾ ਕਿਹੜੀ ਲਿਖੀ? ਧਾਰਾ 302-201 ਤੇ 34 IPC ਲਈ। ਕਿੰਨੇ ਜਾਣਿਆਂ ਤੇ ਪਰਚਾ ਸਰ? ਦੋਵਾਂ ਜਾਣਿਆਂ ਤੇ। ਦੋਸ਼ੀਆਂ ਇੱਕ ਹਰਜਿੰਦਰ ਕੌਰ ਦੇ ਤੇ ਉਹਦੇ ਲੜਕੇ ਮਨਪ੍ਰੀਤ ਸਿੰਘ ਦੇ ਖਿਲਾਫ। ਦੋਸ਼ੀਆਂ ਨੂੰ ਕਾਬੂ ਕਰ ਲਿਆ? ਹਾਂ, ਦੋਸ਼ੀਆਂ ਨੂੰ ਕਾਬੂ ਕਰ ਲਿਆ। ਠੀਕ ਹੈ।